ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਪਾਤਲਾਂ ਦੇ ਵਿੱਚ, ਜਿੱਥੇ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਇੱਕ ਪੰਜਾਬੀ ਨੌਜਵਾਨ ਦੇ ਨਾਲ, ਜਿਹੜਾ ਕਿ ਮੂਸੇਵਾਲੇ ਦਾ ਬਹੁਤ ਵੱਡਾ ਫੈਨ, ਉਸਨੂੰ ਜਨਤਾ ਮੰਨਦੀ ਹੈ ਅਤੇ ਉਹਦੇ ਲੋਕ ਗੋਲ ਗੱਪਿਆਂ ਦੇ ਫੈਨ ਜਿਹੜੇ ਪਾਤਲਾਂ 'ਚ ਹੈਗੇ ਆ, ਬਹੁਤ ਸਾਰੇ ਲੋਕ ਜਿਹੜੇ ਫੈਨ ਬਣੇ ਹੈ। ਮੁੰਡੇ ਨੇ ਮੋਟੋ ਵੀ ਜਿਹੜਾ ਉੱਤੇ ਲਿਖਾਇਆ ਹੋਇਆ ਜਿਹੜਾ ਆਪਣੀ ਇਸ ਦੁਕਾਨ ਦੇ ਉੱਤੇ, ਕਿ ਜੱਟ ਬਿਨਾਂ ਦਾਣੇ ਨਹੀਂ, ਜੱਟ ਬਿਨਾਂ ਦਾਣੇ ਨਹੀਂ ਅਤੇ ਮੂਸੇਵਾਲੇ ਬਿਨਾਂ ਗਾਣੇ ਨਹੀਂ, ਮੂਸੇਵਾਲੇ ਬਿਨਾਂ ਗਾਣੇ ਨਹੀਂ। ਅਤੇ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹੈ ਮੁੰਡਾ ਇਹ, ਅਤੇ LCD ਉਰੇ ਲਾਈ ਹੋਈ ਹੈ ਜਿੱਥੇ ਹਮੇਸ਼ਾ ਮੂਸੇਵਾਲੇ ਦੇ ਜਿਹੜੇ ਗਾਣੇ ਹੈ ਉਹ ਚੱਲਦੇ ਹੈ। ਆਓ ਅੱਜ ਗੱਲ ਕਰਦੇ ਹਾਂ ਉਹਨਾਂ ਦੇ ਨਾਲ, ਪੰਜਾਬੀ ਮੁੰਡੇ ਅੱਜ ਕੱਲ੍ਹ ਬਿਜ਼ਨਸ ਵੀ ਕਰ ਰਹੇ ਹੈ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ। ਹਾਂਜੀ, ਨਾਂ ਕੀ ਹੈ ਤੁਹਾਡਾ? ਅਰੁਣ ਕੁਮਾਰ ਜੀ। ਅੱਛਾ ਅਰੁਣ, ਅਤੇ ਕੀ ਕਰਦੇ ਹੋ ਅਰੁਣ ਤੁਸੀਂ? ਇਸ ਤੋਂ ਇਲਾਵਾ ਸਟੱਡੀ ਵਗੈਰਾ ਕਰ ਰਹੇ ਹੋ ਕੁਛ? ਹਾਂਜੀ, ਹਾਂ ਸਟੱਡੀ ਕਰ ਰਿਹਾ ਜੀ ਮੈਂ। ਕੀ ਕਰਦੇ ਹੋ ਸਟੱਡੀ? ਮੇਰੀ ITI ਚੱਲ ਰਹੀ ਹੈ ਜੀ, ਇਲੈਕਟ੍ਰੀਸ਼ਨ ਵਿੱਚ। ਅੱਛਾ, ITI ਇਲੈਕਟ੍ਰੀਸ਼ਨ 'ਚ ਤੁਸੀਂ ITI ਕਰ ਰਹੇ ਹੋ? ਅਤੇ ਆਹ ਜਿਹੜਾ ਅੱਜ ਕੱਲ੍ਹ ਤਾਂ ਤੁਹਾਡੀ ਉਮਰ 'ਚ ਤਾਂ ਮੁੰਡੇ ਥੋੜ੍ਹਾ ਮੋਟਰਸਾਈਕਲ ਲੈ ਕੇ, ਜਿਵੇਂ ਮੂਸੇਵਾਲਾ ਵੀ ਗਾਉਂਦਾ, ਬੁਲਟ ਬਲਟ ਲੈ ਕੇ, ਗੱਡੀਆਂ ਗੁੱਡੀਆਂ ਲੈ ਕੇ ਘੁੰਮਦੇ ਹੁੰਦੇ ਹੈ, ਤੁਸੀਂ ਆਹ ਕੰਮ ਕਰਨ ਵਾਲਾ ਕਿੱਧਰੋਂ ਸ਼ੌਂਕ ਪਾਲ ਲਿਆ? ਮੇਰੀ ਘਰ ਦੀ ਮਜਬੂਰੀਆਂ ਕਰਕੇ ਜੀ ਮੈਂ ਉਰੇ ਆਇਆ। ਅੱਛਾ, ਹਾਂਜੀ, ਮੈਂ ਨਾਲ ਨਾਲ ਪੜ੍ਹ ਵੀ ਰਿਹਾ ਅਤੇ ਮੈਂ ਕੰਮ ਵੀ ਕਰ ਰਿਹਾ ਜੀ। ਅੱਛਾ, ਘਰ ਦੀ ਮਜਬੂਰੀ ਨੇ ਇਹ ਕੰਮ ਜਿਹੜਾ ਕੰਮ ਕਾਰ 'ਤੇ ਤੁਹਾਨੂੰ ਲਾਇਆ ਹੈਗਾ? ਹਾਂਜੀ। ਅਤੇ ਜਦੋਂ ਜਿਵੇਂ ਤੁਸੀਂ ਸਟੂਡੈਂਟ ਹੋ, ਹਾਂ, ਇੱਕ ਸਟੂਡੈਂਟ ਦੇ ਤੌਰ 'ਤੇ ਕੰਮ ਕਰਦੇ ਹੋ, ਬਹੁਤ ਸਾਰੇ ਤੁਹਾਡੇ ਜਿਹੜੇ ਸਟੂਡੈਂਟ ਸਾਥੀ ਨੇ, ਤੁਹਾਡੇ ਦੋਸਤ ਨੇ, ਕੁੜੀਆਂ ਵੀ ਆਉਂਦੀਆਂ ਹੋਣੀਆਂ ਗੋਲ ਗੱਪੇ ਖਾਣ, ਫਿਰ ਤੁਹਾਨੂੰ ਐਂ ਜੀ ਨਹੀਂ ਲੱਗਦਾ ਯਾਰ ਵੀ ਕਲਾਸਮੇਟ ਆ ਗਈ ਹੁਣ ਥੋੜ੍ਹਾ ਜਿਹਾ ਸੰਗ ਜੀ ਆਉਂਦੀ ਹੋਵੇ, ਸ਼ਰਮ ਜੀ ਮਹਿਸੂਸ ਨਹੀਂ ਕਰਦੇ? ਨਹੀਂ, ਕੋਈ ਸ਼ਰਮ ਨਹੀਂ ਜੀ, ਕੰਮ ਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਜੀ। ਅੱਛਾ, ਹਾਂਜੀ, ਮੈਨੂੰ ਘਰ ਦੀ ਮਜਬੂਰੀ ਪਤਾ ਤਾਂ ਕਰਕੇ। ਅੱਛਾ, ਅਤੇ ਫਿਰ ਤੁਹਾਡੇ ਜਿਹੜੇ ਕਲਾਸਮੇਟ ਨੇ ਇਹ ਕੰਮ ਨੂੰ ਕਿਵੇਂ ਦੇਖਦੇ ਨੇ ਵੀ ਆ ਮੁੰਡਾ ਅਰੁਣ ਸਾਡਾ ਕਲਾਸਮੇਟ ਹੈ ਅਤੇ ਇਹ ਕੰਮ ਕਰਦਾ, ਉਹ ਕਿਵੇਂ ਦੇਖਦੇ ਨੇ ਇਸ ਨੂੰ? ਸਾਰੇ ਕਿਸੇ ਨੂੰ ਗੱਲਾਂ ਬਣਾਉਂਦੇ ਨੇ ਜੀ। ਗੱਲਾਂ ਕਿਸ ਤਰ੍ਹਾਂ ਦੀਆਂ ਬਣਾਉਂਦੇ ਨੇ? ਵੀ ਇਹ ਕੰਮ ਕਰਕੇ ਜੇ ਪੈ ਗਿਆ ਕੀ ਕਰਦਾ ਸੀ ਕੀ ਨਹੀਂ। ਅੱਛਾ, ਹੋਰ ਕੀ ਕਰਨਾ ਚਾਹੁੰਦਾ ਸੀ? ਹੋਰ ਅਰੁਣ ਮੰਨ ਲਓ ਜੇ ਗਰੀਬ ਨਾ ਹੁੰਦਾ ਤਾਂ ਅਰੁਣ ਨੇ ਕੀ ਕਰਨਾ ਸੀ ਫਿਰ? ਕੀ ਕਰਦਾ ਫਿਰ ਅਰੁਣ, ਕੀ ਕਰਦਾ? ਬੁਲਟ ਲੈਂਦਾ, ਗੱਡੀ ਲੈਂਦਾ, ਪਟਾਕੇ ਪਾਉਂਦਾ, ਹੈ ਨਾ? ਇਸ ਤਰ੍ਹਾਂ ਦੇ ਸ਼ੌਕ ਹੈਗੇ ਆ ਅਰੁਣ ਦੇ, ਹੈ ਨਾ? ਪਟਾਕੇ ਤਾਂ ਪਾਉਣੇ ਚਾਹੀਦੇ ਆ, ਕੀ ਨਹੀਂ ਪਾਉਣੇ ਚਾਹੀਦੇ? ਇੱਕ ਸਾਈਡ 'ਚ ਗਲਤ ਵੀ ਹੈ, ਇੱਕ ਸਾਈਡ 'ਚ ਸਹੀ ਵੀ ਹੈ ਜੀ। ਅੱਛਾ, ਸਹੀ ਵੀ ਹੈ, ਯਾਨੀ ਕਿ ਇੰਜੋਏ, ਤੁਹਾਡੇ ਕਹਿਣ ਦਾ ਭਾਵ ਥੋੜ੍ਹਾ ਪਟਾਕੇ ਪਟੂਕੇ ਪਾ ਕੇ ਕੁੜੀਆਂ ਨੂੰ ਡਰਾ ਕੇ ਥੋੜ੍ਹਾ ਜਿਹਾ ਇੰਜੋਏ ਕਰਨਾ ਚਾਹੀਦਾ, ਹੈ ਨਾ? ਹਾਂ, ਅਤੇ ਗੱਡੀ ਗੱਡੀ ਕਿਹੜੀ ਪਸੰਦ ਹੈ ਫਿਰ? ਹੈ ਗੱਡੀ ਤਾਂ ਜੀ, ਕਿਹੜੀ ਪਸੰਦ ਹੈ ਗੱਡੀ ਦਾ ਨਾਂ ਤਾਂ ਹੋਣਾ ਕੁਛ? ਗਰਲ ਫਰੈਂਡ ਬਣਾਈ ਯਾਰ ਉਹਨੇ ਕੋਈ? ਰੇੜੀ ਕਹਿ ਦਿੰਦੇ ਆ, ਪਰ ਵਿਦੇਸ਼ਾਂ 'ਚ ਇਸਨੂੰ ਫੂਡ ਕਾਰਟ ਕਹਿ ਕੇ ਸਾਡੇ ਵਾਲੇ ਮੁੰਡੇ ਬਾਹਰ ਜਾ ਕੇ ਵੱਡੇ ਵੱਡਾ ਕੰਮ ਕਰਦੇ ਆ, KFC ਦੀਆਂ ਉਦਾਹਰਨਾਂ ਦਿੰਦੇ ਆ, ਹੋਰ ਬਹੁਤ ਸਾਰੇ, ਪਰ ਆਪਣੇ ਜ਼ਿਆਦਾਤਰ ਇਹ ਕੰਮ ਜਿਹੜੇ ਹੈਗੇ ਆ ਪ੍ਰਵਾਸੀ ਮਜ਼ਦੂਰ ਕਰਦੇ ਆ, ਜਿਹੜੇ ਬਿਹਾਰੀ ਕਰਦੇ ਆ, ਪੰਜਾਬੀ ਇਹਦੇ 'ਚ ਸ਼ਰਮ ਮਹਿਸੂਸ ਕਰਦੇ ਆ? ਇਹ ਲਾਈਨ 'ਚ ਕੋਈ ਪੈਂਦਾ ਨਹੀਂ, ਇਸ ਲਾਈਨ 'ਚ ਕੋਈ ਪੈਂਦਾ ਨਹੀਂ। ਫਿਰ ਤੁਹਾਨੂੰ ਸ਼ਰਮ ਨਹੀਂ ਆਈ ਯਾਰ ਵੀ ਪੰਜਾਬੀ ਵਾਲਾ ਕਿੱਲਾ ਤੇਰੇ ਧੌਣ 'ਚ ਨਹੀਂ ਹੈਗਾ ਯਾਰ, ਮੈਂ ਪੰਜਾਬੀ ਹੋ ਕੇ ਇਹ ਕੰਮ ਕਰੂੰਗਾ ਯਾਰ, ਮੈਂ ਗੋਲਗੱਪੇ ਵਿੱਚ ਹੁਣ ਕਰਦੀ ਸਥਿਤੀ ਕਰਕੇ ਮੈਂ ਇਹ ਕੰਮ 'ਚ ਵੜਿਆ ਜੀ। ਅੱਛਾ, ਸੰਗ ਸ਼ਰਮ ਨਹੀਂ ਮੈਨੇ ਕਰੀ ਕੋਈ ਵੀ? ਅੱਛਾ, ਹਾਂਜੀ, ਠੀਕ ਹੈ ਵੀ ਆਪਣੇ ਘਰ ਦੇ ਹਾਲਾਤ ਸੁਧਾਰਨੇ ਆ, ਸੰਗ ਸ਼ਰਮ ਨਹੀਂ ਆਪਾਂ ਨੇ ਕਰਨੀ। ਅੱਛਾ, ਇਹ ਗੱਲ ਹੋਰ ਤੁਸੀਂ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ ਬਈ, ਅੱਜ ਕੱਲ੍ਹ ਨੌਜਵਾਨਾਂ 'ਚ
ਬਾਹਰ ਜਾਣ ਦਾ ਬਹੁਤ ਕਰੇਜ਼ ਹੈ ਕਿ ਬਾਹਰ ਜਾ ਕੇ ਯਾਰ ਸੈੱਟ ਹੋਣਾ ਹੈ ਨਾ। ਹਰ ਕੋਈ ਐਂ ਕਹਿੰਦਾ ਕਿ 25-30 ਲੱਖ ਰੁਪਇਆ ਲਾ ਕੇ ਬਾਪੂ ਦਾ ਬੇਬੇ ਦਾ, ਤੇਰੇ ਵਾਲੇ ਬਾਪੂ ਨੇ ਨਹੀਂ ਦਿੱਤਾ ਫਿਰ ਵੀ ਬਾਹਰ ਲੰਘ ਜਾਣਾ ਸੀ। ਜਿਹੜਾ ਪੈਸਾ ਬਾਹਰ ਲਾਵਾਂਗੇ ਉਹੀ ਉਰੇ ਲਾ ਦਿਓ, ਕੰਮ ਕਾਰ ਸੈੱਟ ਹੈ ਉਰੇ। ਅੱਛਾ ਵੀ ਇੱਥੇ ਹੀ। ਅੱਛਾ ਜਿਹੜੇ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਹੈ, ਮੁੰਡੇ ਹੈ ਜਾਂ ਸਾਡੀਆਂ ਕੁੜੀਆਂ ਨੇ, ਉਹਨਾਂ ਨੂੰ ਕੀ ਸਲਾਹ ਦਿਓਗੇ? ਵੀ ਕੰਮ ਕਾਰ ਉਰੇ ਕਰੋ, ਵਿਦੇਸ਼ਾਂ 'ਚ ਕੀ ਹੈ ਕੁਛ ਨਹੀਂ ਹੈ। ਅੱਛਾ ਵਿਦੇਸ਼ਾਂ 'ਚ ਜਿਹੜੇ ਤੁਹਾਡੇ ਮਿੱਤਰ, ਕੁਛ ਦੱਸਦੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ, ਕੀ ਨੇ? ਹਾਲਾਤ ਬੜੇ ਮਾੜੇ ਆ ਜੀ, ਇੱਥੇ ਕੰਮ ਨਹੀਂ ਮਿਲਦਾ ਜਲਦੀ ਜਲਦੀ ਜੀ। ਮਾਂ ਪਿਓ ਇੰਨਾ ਪੈਸਾ ਲਾ ਕੇ ਭੇਜਦਾ ਬਾਹਰ, ਕੋਈ ਫਾਇਦਾ ਨਹੀਂ ਇੰਨਾ ਪੈਸਾ ਲਾ ਕੇ ਬਾਹਰ ਜਾਈਦਾ। ਉਹੀ ਪੈਸਾ ਉਰੇ ਲਾ ਕੇ ਉਰੇ ਕੰਮ ਵਧੀਆ ਸੈਟਅਪ ਕਰੋ। ਅੱਛਾ ਪੂਰਾ ਸੈਟ ਹੈ। ਅੱਛਾ ਇਹ ਸਾਰਾ ਸੈਟਅਪ 'ਚ ਕਿੰਨਾ ਕੁ ਪੈਸਾ ਕਮਾ ਲੈਂਦੇ ਆਪਾਂ? ਕਮਾਈ ਤਾਂ ਜੀ ਦੇਖੋ ਹੈਗੀ ਹੈ, ਹੈਗੀ ਹੈ। ਕਿੰਨੇ ਕੁ ਦਿਹਾੜੀ ਅਰੁਣ ਨੂੰ? 1,000 ਰੁਪਏ ਦੀ ਦਿਹਾੜੀ ਹੋ ਜਾਂਦੀ ਹੈ, 2,000 ਦੀ ਹੁੰਦੀ ਹੈ, 2,500 ਦੀ ਹੋ ਜਾਂਦੀ। ਕਿੰਨੇ ਕੁ ਦਿਹਾੜੀ ਅਰੁਣ ਕਮਾ ਲੈਂਦਾ? ਜੇਕਰ ਬਹੁਤ ਹੀ ਨਾ, ਭਾਵੇਂ 50% ਹੀ ਦੱਸ ਦਿਓ, ਮੈਂ ਵੀ ਕੰਮ ਕੀਤਾ ਹੋਇਆ ਘਬਰਾ ਹੋਣਾ। ਕਮਾਈ ਹੈਗੀ, ਸਭ ਕੁਝ ਮਿਲ ਸਕਦਾ ਜੀ ਕੰਮ ਨਾਲ, ਜੇ ਚੰਗੇ ਤਰੀਕੇ ਨਾਲ ਕਰਾਂਗੇ। ਅੱਛਾ ਹਾਂਜੀ, ਯਾਨੀ ਕਿ ਚੰਗਾ ਕਮਾ ਲੈਂਦੇ ਹੋ? ਬੇਬੇ ਖੁਸ਼ ਹੈ? ਸਾਰੇ ਖੁਸ਼ ਹੈ ਜੀ ਮੇਰੇ ਤਾਂ। ਅੱਛਾ ਬਾਪੂ ਖੁਸ਼ ਹੈ? ਬਾਪੂ ਵੀ ਖੁਸ਼ ਹੈ। ਫਿਰ ਤੁਸੀਂ ਕਰਨਾ ਦਾ ਯਾਰ ਯਾਰ ਗੋਲ ਗੱਪਿਆਂ ਦੀ ਰੇਹੜੀ ਸੀ ਆਪਾਂ ਨੇ, ਫਿਰ ਉਹ ਇਲੈਕਟ੍ਰੀਸ਼ਨ ਵਾਲਾ ਕਿੱਧਰੋਂ ਕੀੜਾ ਵੜਿਆ ਹੋਇਆ? ਕੰਮ ਦੇ ਨਾਲ ਪੜ੍ਹਾਈ ਵੀ ਜ਼ਰੂਰੀ ਹੈ ਜੀ। ਅੱਛਾ ਪੜ੍ਹਾਈ ਜ਼ਿਆਦਾ ਨਾਲ ਜ਼ਿਆਦਾ ਜ਼ਰੂਰੀ ਹੈ ਜੀ, ਜ਼ਰੂਰੀ ਹੈਗੀ ਹੈ। ਅਤੇ ਆਹ ਵਿਦੇਸ਼ ਜਾਣ ਵਾਲੇ ਇੱਕ ਖਾਸ ਤੇਰੀ ਉਮਰ ਦੇ ਅੱਜ ਕੱਲ੍ਹ ਮੁੰਡੇ ਮੈਂ ਦੇਖਦਾ, ਉਹ ਤਾਂ ਗਾਣੇ 'ਚ ਵਿਅਸਤ ਨੇ ਜਾਂ ਟੀਕੇ ਟੂਕੇ ਲਾ ਕੇ ਵਧੀਆ ਇੰਜੋਏ ਕਰਦੇ, ਨਸ਼ੇ ਨੁਸ਼ੇ ਕਰਦੇ ਆ, ਪੈਗ ਪੁੱਗ ਲਾਉਂਦੇ ਆ, ਸਿਗਟਾਂ ਸੁਗਟਾਂ ਫੂਕਦੇ ਆ। ਆਪਣੇ ਏਰੀਏ 'ਚ ਤਾਂ ਉਰੇ ਪਾਤੜਾਂ 'ਚ ਚਿੱਟਾ ਵੀ ਖਾਸਾ ਹੋ ਗਿਆ, ਇਸ ਤਰ੍ਹਾਂ ਦੇ ਸ਼ੌਂਕ ਨਹੀਂ ਫਿਰ? ਇੱਕ ਅੱਧਾ ਪੈਗ ਪੁੱਗ ਤਾਂ ਇੱਕ ਤਾਂ ਲਾ ਲੈਂਦਾ ਹੋਣਾ? ਨਹੀਂ ਜੀ ਨਹੀਂ। ਕਿਉਂ ਪੈਗ ਪੁੱਗ ਨਹੀਂ ਲਾਉਂਦੇ? ਲਾਉਂਦਾ ਨਹੀਂ ਪੈਗ? ਬਾਬੇ ਦਾ ਨਾਮ ਦਾਨ ਲਿਆ ਹੈ? ਹਾਂਜੀ। ਕਿਹੜੇ ਬਾਬੇ ਦਾ ਲਿਆ? ਵਾਹਿਗੁਰੂ ਨੂੰ ਜਪਦੇ ਆ ਜੀ। ਅੱਛਾ ਵਾਹਿਗੁਰੂ ਨੂੰ ਜਪਦੇ ਹੋ, ਮੈਂ ਸੋਚਿਆ ਕਿਤੇ ਸਰਸੇ ਵਾਲੇ ਦਾ ਨਾਮ ਲਿਆ। ਨਹੀਂ, ਕਈ ਵਾਰ ਹੁੰਦਾ ਹੁੰਦਾ, ਉਹ ਵੀ ਚੰਗੇ ਬੰਦੇ ਆ, ਖੈਰ ਦਸ਼ੇ ਹੀ ਚੜਾਉਂਦੇ ਆ, ਹੈ ਨਾ। ਅਤੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਆਪਣਾ ਕੰਮ ਕਰਕੇ? ਇੱਕ ਤਾਂ ਆਪਾਂ ਦਿਹਾੜੀਆਂ ਕਰਦੇ ਹਾਂ ਨਾ, ਦੂਜੇ ਦੇ ਜਾ ਕੇ ਕੰਮ ਕਰਦੇ ਹਾਂ, ਦੂਜੇ ਦੇ ਅੰਡਰ ਕੰਮ ਕਰਦੇ ਹਾਂ, ਆਪਣੇ ਕੰਮ ਦਾ ਕਿਸ ਤਰ੍ਹਾਂ ਤੁਸੀਂ ਲੁਫਤ ਜਿਹੜਾ ਉਠਾਉਂਦੇ ਹੋ? ਆਪਣੇ ਕੰਮ ਦਾ ਰੋਹ ਵੀ ਅਲੱਗ ਹੁੰਦਾ ਜੀ। ਅੱਛਾ ਰਿਸ਼ਤੇਦਾਰ ਕੀ ਕਹਿੰਦੇ ਯਾਰ ਉਹਨੂੰ? ਰਿਸ਼ਤੇਦਾਰ ਵੀ ਕਹਿੰਦੇ ਵਧੀਆ ਸੈਟਅਪ ਹੋ ਗਿਆ, ਨਸ਼ੇ ਨੁਸ਼ਿਆਂ ਤੋਂ ਬਚ ਗਿਆ। ਹਾਂਜੀ, ਨਹੀਂ ਕਹਿੰਦੇ ਆ ਵੀ ਇਹਦੇ ਵਰਗੇ ਬਣ ਜਾਓ ਭਾਈ, ਯਾਰ ਉਹਨੂੰ ਵਰਗੇ ਬਣ ਜਾਓ, ਆਹ ਮੁੰਡਾ 2,500 ਰੁਪਏ ਦਿਹਾੜੀ ਪਾ ਲੈਂਦਾ ਗੋਲਗੱਪਿਆਂ ਦੇ ਪਾਣੀ ਨਾਲ, ਹੈ। ਫਿਰ ਆਹ ਸਾਰਾ ਕੁਝ ਬੇਬੇ ਬਣਾਉਂਦੀ ਹੈ ਜਾਂ ਤੁਸੀਂ ਆਪ ਤਿਆਰ ਕਰਦੇ ਹੋ? ਸਾਡੇ ਸਾਰੇ ਘਰ ਦੇ ਮੈਂਬਰ ਬਣਾਉਂਦੇ ਆ, ਮੰਮੀ ਡੈਡੀ ਸਿਸਟਰ ਸਾਰੇ ਆ। ਅੱਛਾ ਸਾਰੇ ਸਾਥ, ਪੂਰਾ ਪਰਿਵਾਰ? ਹਾਂਜੀ ਹਾਂ, ਇਹਦੇ 'ਚ ਸਾਥ ਜਿਹੜਾ ਤੁਹਾਡਾ ਦਿੰਦਾ। ਅੱਛਾ ਲਾਸਟ ਕੁਐਸਚਨ ਜਿਹੜਾ ਤੁਹਾਨੂੰ ਅਰੁਣ ਕਰਨਾ ਚਾਹੁੰਦਾ ਕਿ ਅੱਜ ਦੇ ਮੁੰਡੇ ਜਿਹੜੇ ਇਸ ਕੰਮ ਤੋਂ, ਇਹ ਗੰਭੀਰ ਕੁਐਸਚਨ ਹੀ ਹੈ ਕਿ ਜਿਹੜੇ ਤਾਲਾ ਵੱਟ ਰਹੇ ਹੈ, ਹੈ ਨਾ, ਦੂਰ ਭੱਜ ਰਹੇ ਆ, ਵਿਦੇਸ਼ਾਂ 'ਚ ਜਾਣ ਦੀ ਹੋੜ ਲੱਗੀ ਹੋਈ ਹੈ, ਜਾਂ ਰੋਂਦੇ ਆ ਉਈ ਬੇਵਜ੍ਹਾ ਵੀ ਸਾਨੂੰ ਤਾਂ ਰੁਜ਼ਗਾਰ ਨਹੀਂ ਮਿਲਿਆ ਜੀ, ਦੇਖੋ ਅਸੀਂ BA ਕਰ ਲਈ, ਅਸੀਂ ਇੰਨਾ ਪੜ੍ਹ ਗਏ, ਸਾਨੂੰ ਸਰਕਾਰਾਂ ਕੁਛ ਨਹੀਂ ਦਿੰਦੀਆਂ, ਸਰਕਾਰਾਂ ਦੇ ਦੋਸ਼ ਮੜਦੇ ਰਹਿੰਦੇ ਆ ਜਾਂ ਕਹਿ ਲਓ, ਹੈ ਨਾ। ਹਾਲਾਂਕਿ ਇਹ ਵੀ ਹੁੰਦਾ ਵੀ ਜੇ ਤੋਂ ਮੁੰਡੇ ਨੇ ਕਿਸੇ ਨੇ BED ETT ਟੈਟ ਪਾਸ ਕੀਤਾ ਤਾਂ ਘੱਟੋ ਘੱਟ ਰੁਜ਼ਗਾਰ ਦਾ ਤਾਂ ਸਾਧਨ ਉਹਦਾ ਬਣੇ, ਪਰ ਮੈਂ ਕਹਿੰਦਾ ਵੀ ਜਿਹੜੇ ਨਿਰਾਸ਼ਤ ਹੋ ਕੇ ਬਹੁਤੇ ਨੌਜਵਾਨ ਅੱਜ ਆਤਮ ਹੱਤਿਆ ਵੱਲ ਨੂੰ ਜਾ ਰਹੇ ਹੈ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਮਾਜ 'ਚ ਦੇਖਣ ਨੂੰ, ਉਹਨਾਂ ਨੌਜਵਾਨਾਂ ਨੂੰ ਅਰੁਣ ਕਿਹੜਾ ਸੁਨੇਹਾ ਦੇਣਾ ਚਾਹੇਗਾ, ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਹਾ ਹੁਣ ਤਨਖਾਹ 'ਤੇ ਤਾਂ ਦੇਖੋ ਕਮਾਈ ਰਹੀ ਹੈ ਜੀ, ਵੀ ਕੰਮ ਆਪਦਾ ਹੀ ਵਧੀਆ ਕਰੋ, ਆਪਦਾ ਬਿਜ਼ਨਸ ਕਰਨਾ ਚਾਹੋ, ਆਪਦਾ ਬਿਜ਼ਨਸ ਕਰੋ, ਨਾਲ ਪੜ੍ਹਾਈ ਵੀ ਚੱਲਦੀ ਰਹੇਗੀ, ਬਿਜ਼ਨਸ ਵੀ ਹੁੰਦਾ ਰਹੇਗਾ। ਹਾਂਜੀ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਅਰੁਣ ਦੇ, ਪਰਮਾਤਮਾ ਕਰੇ ਤੁਸੀਂ ਤਰੱਕੀਆਂ ਕਰੋ,
ਇਸੇ ਤਰ੍ਹਾਂ ਮਿਹਨਤ ਕਰਦੇ ਰਹੋ। ਦੋਸਤੋ, ਇਹ ਸੀ ਸਾਡੇ ਨਾਲ ਅਰੁਣ, ਜਿਹੜਾ ਕਿ ਸਾਡੇ ਨੌਜਵਾਨਾਂ ਵਾਸਤੇ ਇੱਕ ਰਾਹ ਦਸੇਰੇ ਦਾ ਕੰਮ ਕਰ ਰਿਹਾ ਅਤੇ ਇੱਥੇ ਆਪਣੇ ਸਟਾਰਟ ਅਤੇ ਫੂਡ ਕਾਰਟ 'ਤੇ ਬੈਠ ਕੇ ਵਧੀਆ ਇਹ ਆਪਣੇ ਪਰਿਵਾਰ ਨੂੰ ਕਮਾਈ ਦਿੰਦਾ। ਆਪਣੇ ਮਾਤਾ ਪਿਤਾ ਵੀ ਇਹਦੇ 'ਤੇ ਪ੍ਰਾਊਡ ਫੀਲ ਕਰਦੇ ਨੇ ਅਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਵੀ ਕਹਿ ਰਿਹਾ ਕਿ ਬਾਹਰ ਜਾਣ 'ਚ ਕੁਝ ਨਹੀਂ ਪਿਆ, ਬਲਕਿ ਆਪਣੀ ਧਰਤੀ 'ਤੇ ਰਹਿ ਕੇ ਆਪਣੇ ਦੇਸ਼ 'ਚ ਰਹਿ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਨੌਜਵਾਨ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਦੋਸਤੋ, ਤੁਸੀਂ ਵੀ ਇੱਥੇ ਸਾਡਾ ਜਿਹੜਾ ਇਹਨਾਂ ਦਾ ਜਿਹੜਾ ਇਹ ਫੂਡ ਕਾਰਟ ਹੈ, ਇਹ ਜਦੋਂ ਆਪਾਂ ਸੰਗਰੂਰ ਵਾਲੀ ਕੈਂਚੀਆਂ 'ਚ ਜਾਂਦੇ ਹਾਂ ਉੱਥੇ ਬਣਿਆ ਹੋਇਆ, ਅਰੁਣ ਕੋਲ ਜ਼ਰੂਰ ਆਓ। ਇੱਕ ਹੋਰ ਤੁਹਾਨੂੰ ਨੌਜਵਾਨਾਂ ਨੂੰ ਖਾਸ ਤੌਰ 'ਤੇ ਕਹਿੰਦੇ ਹਾਂ ਕਿ ਵਾਈਫਾਈ ਵੀ ਇੱਥੇ ਤੁਹਾਨੂੰ ਫਰੀ ਮਿਲੂਗਾ, ਨਾਲੇ ਮੂਸੇ ਵਾਲੇ ਦੇ ਗਾਣੇ ਸੁਣਿਓ। ਬਹੁਤ ਬਹੁਤ ਸ਼ੁਕਰੀਆ ਅਰੁਣ, ਥੈਂਕ ਯੂ, ਗੋਡ ਬਲੈਸ ਯੂ, ਥੈਂਕ ਯੂ, ਥੈਂਕ ਯੂ ਸੋ ਮਚ।